ਵਿਧਾਨਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਵਧੀਆ ਮਹਿਕਮਾ ਮਿਲਿਆ ਹੈ ਤੇ ਉਹਨਾਂ ਨੂੰ ਤੁਰੰਤ ਮਹਿਕਮਾ ਸੰਭਾਲ ਕੇ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਮੈਨੀਫੈਸਟੋ 'ਚ ਕੀਤੇ ਗਏ ਵਾਅਦੇ ਅਨੁਸਾਰ ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ ਹੋਏ ਬਿਜਲੀ ਦੇ ਸਮਝੌਤੇ ਰੱਦ ਅਤੇ ਬਿਜਲੀ ਦੇ ਰੇਟ ਘੱਟ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ। ਦੇਖੋ, ਮੈਂ ਸਮਝਦਾ ਵੀ ਸਿੱਧੂ ਸਾਹਿਬ ਨੂੰ ਹੁਣ ਬਹੁਤ ਵਧੀਆ ਮਹਿਕਮਾ ਮਿਲਿਆਗਾ, ਸਿੱਧੂ ਸਾਹਿਬ ਨੂੰ ਹੁਣ ਕੰਮ ਕਰਨ ਦਾ ਮੌਕਾ ਗਾ। ਜਿਹੜੀਆਂ ਗੱਲਾਂ ਕੈਪਟਨ ਸਾਹਿਬ ਨੇ ਆਪਣੇ ਚੋਣ ਮੈਨੀਫੈਸਟੋ 'ਚ ਕਹੀਆਂ ਸੀ 2017 'ਚ ਕਿਹਾ ਸੀਗਾ ਵੀ ਜਿਹੜੇ ਐਗਰੀਮੈਂਟ ਅਕਾਲੀ ਦਲ ਬੀਜੇਪੀ ਦੀ ਸਰਕਾਰ ਨੇ ਦੋਨੇ ਪਾਰਟੀ ਦੀ ਸਰਕਾਰ ਨੇ ਕੀਤੇ ਨੇ ਪ੍ਰਾਈਵੇਟ ਪਲੇਅਰਸ ਦੇ ਨਾਲ, ਜਿਹਦੇ ਨਾਲ ਸਾਡੇ 3 ਥਰਮਲ ਪਲਾਂਟ ਬੰਦ ਹੋਏ ਨੇ, ਉਹ ਥਰਮਲ ਪਲਾਂਟ ਮੈਂ ਬੰਦ ਨਹੀਂ ਹੋਣ ਦੇਵਾਂਗਾ, 3 ਪਲਾਂਟ ਚਾਲੂ ਰੱਖੂੰਗਾ ਔਰ ਜਿਹੜੇ ਐਗਰੀਮੈਂਟ ਉਹ ਰੱਦ ਕਰੂੰਗਾ, ਸਕ੍ਰੈਪ ਕਰੂੰਗਾ, ਰਿਵਿਊ ਕਰੂੰਗਾ। ਹੁਣ ਸਮਾਂ ਆ ਗਿਆ, ਸਿੱਧੂ ਸਾਹਿਬ ਜੇਕਰ ਇਮਾਨਦਾਰ ਨੇ ਤਾਂ ਉਹ ਆ ਕੇ ਆਪਣਾ ਅਹੁਦਾ ਸੰਭਾਲਣ, ਆਉਣ ਸਾਰ ਐਲਾਨ ਕਰਨ ਕਿ ਮੈਂ ਬਿਜਲੀ ਰੇਟ ਘਟਾਊਂਗਾ ਔਰ 3 ਰੱਦ ਕਰੂੰ, ਕਿਉਂਕਿ ਇਹ ਕਾਂਗਰਸ ਪਾਰਟੀ ਦੇ ਮੈਨੀਫੈਸਟੋ 'ਚ ਆ, ਇਹ ਗੱਲ ਕਾਂਗਰਸ ਪਾਰਟੀ ਦੇ ਮੈਨੀਫੈਸਟੋ 'ਚ ਆ। ਸੋ ਉਹਨਾਂ ਨੂੰ ਇਹ ਗੱਲ ਕਰਨ 'ਚ ਕੋਈ ਦਿੱਕਤ ਨਹੀਂ ਆਊਗੀ ਔਰ ਨਾਲੇ ਕੈਪਟਨ ਸਾਹਿਬ ਵੀ ਮੈਂ ਕਹਿੰਦਾ ਵੱਡੇ ਬਣਨਗੇ, ਉਹਨਾਂ ਦਾ ਵੀ ਕੱਦ ਉੱਚਾ ਹੋਊਗਾ, ਸਿੱਧੂ ਸਾਹਿਬ ਦਾ ਵੀ ਕੱਦ ਉੱਚਾ ਹੋਊਗਾ। ਸੋ ਸਿੱਧੂ ਸਾਹਿਬ ਨੂੰ ਆ ਕੇ ਤੁਰੰਤ ਮਹਿਕਮਾ ਸੰਭਾਲਣਾ ਚਾਹੀਦਾ ਔਰ ਆ ਕੇ ਬਿਜਲੀ ਰੇਟ ਘਟਾਉਣੇ ਚਾਹੀਦੇ ਨੇ, ਪੰਜਾਬ ਦੇ ਲੋਕਾਂ ਨੂੰ ਰਿਲੀਫ ਦੇਣੀ ਚਾਹੀਦੀ ਆ ਔਰ ਜਿੱਥੇ ਜਿਹੜੀ ਐਗਰੀਮੈਂਟ ਜਿਹੜੇ ਅਕਾਲੀ ਦਲ ਬੀਜੇਪੀ ਨੇ ਕੀਤੇ ਨੇ ਉਹ ਤੁਰੰਤ ਰੱਦ ਕਰਨੇ ਚਾਹੀਦੇ ਨੇ।